ਅਸੀਂ ਇਹ ਨਹੀਂ ਕਹਿ ਰਹੇ ਕਿ ਗੋਲਡੀ ਬਰਾੜ ਨੇ ਨਹੀਂ ਕੀਤਾ ਕੀਤਾ, ਪ੍ਰੋਪਰ ਇਨਵੈਸਟੀਗੇਸ਼ਨ ਹੋ ਰਹੀ ਹੈ ਔਰ ਤੁਹਾਨੂੰ ਕੁਝ ਦਿਨਾਂ 'ਚ ਪੂਰੇ ਹਾਲਾਤ ਦੱਸੇਗਾ। ਕ੍ਰਿਮੀਨਲ ਭਾਵੇਂ ਕਿਸੇ ਜਾਤ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਉਹਦੇ ਵਿੱਚ ਕੋਈ ਪੱਖਪਾਤ ਨਹੀਂ ਕੀਤਾ ਜਾਏਗਾ। ਮਾਨ ਸਾਹਿਬ ਦਾ ਕਿੱਸਿਆ ਟਵੀਟ ਹਰ ਵਾਰ ਆ ਜਾਂਦਾ ਕਿ ਕਿਸੇ ਵੀ ਕੀਮਤ ਨਾਲ ਅਮਨ ਅਤੇ ਸ਼ਾਂਤੀ ਭੰਗ ਨਹੀਂ ਹੋਣ ਦਿੱਤੀ ਜਾਏਗੀ, ਲੇਕਿਨ ਇਹ ਹੱਤਿਆਵਾਂ ਦਾ ਕ੍ਰਮ ਰੁਕ ਨਹੀਂ ਰਿਹਾ। ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੇ ਮੀਟਿੰਗ ਬੁਲਾਈ ਸੀ ਪੁਲਿਸ ਦੇ ਸੀਨੀਅਰ ਅਫਸਰਸ ਦੀ, ਜਿਹਦੇ ਵਿੱਚ ਇਹ ਜਿਹੜੀ ਵਾਰਦਾਤ ਹੋਈ ਹੈ ਕੋਟਕਪੂਰਾ ਦੇ ਵਿੱਚ, ਇਸ ਨੂੰ ਵਿਸਤਾਰ ਪੂਰਵਕ ਡਿਸਕਸ ਕੀਤਾ ਗਿਆ। ਉਹਨਾਂ ਨੂੰ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਉੱਥੇ ਅੱਜ ਮੋਰਨਿੰਗ ਸਵੇਰੇ ਕਰੀਬ 7:30 ਦੇ ਕਰੀਬ ਇਹ ਪ੍ਰਦੀਪ ਜਿਹੜਾ ਹੈਗਾ ਉਹਨੂੰ ਮਾਰਿਆ ਗਿਆ, ਉਹ ਕੀ ਹਾਲਾਤ ਸੀ ਉਹਨਾਂ ਨੂੰ ਸਾਰੇ ਦੱਸੇ ਗਏ। ਔਰ ਮਾਨਯੋਗ ਮੁੱਖ ਮੰਤਰੀ ਜੀ ਨੇ ਬੜਾ ਕਲੀਅਰਲੀ ਕਿਹਾ ਹੈ ਕਿ ਸਟੇਟ ਵਿੱਚ ਪੀਸ ਹਰ ਹਾਲਤ ਵਿੱਚ ਮੇਨਟੇਨ ਕੀਤੀ ਜਾਏਗੀ, ਕੋਈ ਧਰਮ ਕਿਸੇ ਕਾਸਟ ਕਮਿਊਨਿਟੀ ਕਿਸੇ ਦਾ ਵੀ ਹੋਵੇ, ਕ੍ਰਾਈਮ ਨੂੰ ਕ੍ਰਾਈਮ ਦੀ ਤਰ੍ਹਾਂ ਲਿਆ ਜਾਏਗਾ। ਇਹ ਨਹੀਂ ਦੇਖਿਆ ਜਾਏਗਾ ਇਹ ਕ੍ਰਾਈਮ ਕਿਉਂ ਹੋਇਆ ਕਿੱਦਾਂ ਹੋਇਆ, ਕ੍ਰਾਈਮ ਇਜ਼ ਅ ਕ੍ਰਾਈਮ। ਔਰ ਕਿਸੇ ਵੀ ਹਾਲਤ ਵਿੱਚ ਸਟੇਟ ਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਰੱਖੀ ਜਾਏਗੀ। ਵੱਖ ਵੱਖ ਜਿਹੜੀਆਂ ਕਮਿਊਨਿਟੀਜ਼ ਨੇ ਸਟੇਟ ਦੇ ਵਿੱਚ, ਧਰਮ ਹੈ, ਇਹਨਾਂ ਦੇ ਵਿਚਕਾਰ ਸ਼ਾਂਤੀ ਨੂੰ ਮੇਨਟੇਨ ਰੱਖਿਆ ਜਾਏਗਾ। ਔਰ ਇਸ ਸੰਬੰਧ ਦੇ ਵਿੱਚ ਉਹਨਾਂ ਨੇ ਸਾਨੂੰ ਹਦਾਇਤਾਂ ਦਿੱਤੀਆਂ ਨੰਬਰ 1, ਔਰ ਅਗਲੇ ਹਫ਼ਤੇ ਹੋਰ ਡਿਟੇਲ ਦੇ ਵਿੱਚ ਇਸ ਇਸ਼ੂ ਨੂੰ ਡਿਸਕਸ ਕਰਨ ਬਾਰੇ ਕਿਹਾ ਹੈ, ਤਾਂ ਕਿ ਉਦੋਂ ਤੱਕ ਅਸੀਂ ਹੋਰ ਕੀ ਆਪਣੇ ਵੱਲੋਂ ਸੁਝਾਵ ਲੈ ਕੇ ਜਾ ਸਕਦੇ ਹਾਂ ਤਾਂ ਕਿ ਇਸ ਚੀਜ਼ ਨੂੰ ਹੋਰ ਇੰਪਰੂਵ ਕੀਤਾ ਜਾ ਸਕੇ। ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਕਾਈਂਡਲੀ ਤੁਸੀਂ ਵੀ ਸਮਝਦੇ ਹੋ ਕਿ ਇਹ ਬੜੇ ਸੈਂਸਿਟਿਵ ਕੇਸ ਹੁੰਦੇ ਨੇ ਜਿਹਦੇ ਵਿੱਚ ਅਸੀਂ ਤੁਹਾਨੂੰ ਡੇ ਟੂ ਡੇ ਜਾਂ ਆਵਰ ਟੂ ਆਵਰ ਨਹੀਂ ਦੱਸ ਸਕਦੇ। ਮੋਟਿਵ ਜਦੋਂ ਹੋਏਗਾ ਅਸੀਂ ਤੁਹਾਨੂੰ ਕੇਸ ਦੇ ਸਪੈਸੀਫਿਕ ਇੰਸੀਡੈਂਟ ਮੌਕੇ ਤੋਂ ਕਲੀਅਰ ਕਰਾਂਗੇ। ਆਲ ਅੰਡਰ ਇਨਵੈਸਟੀਗੇਸ਼ਨ, ਅਸੀਂ ਇਹ ਨਹੀਂ ਕਹਿ ਰਹੇ ਕਿ ਗੋਲਡੀ ਬਰਾੜ ਨੇ ਨਹੀਂ ਕੀਤਾ ਕੀਤਾ, ਪ੍ਰੋਪਰ ਇਨਵੈਸਟੀਗੇਸ਼ਨ ਹੋ ਰਹੀ ਹੈ ਔਰ ਤੁਹਾਨੂੰ ਕੁਝ ਦਿਨਾਂ 'ਚ ਪੂਰੇ ਹਾਲਾਤ ਦੱਸੇਗਾ। ਇੰਸਟਰਕਸ਼ਨ CM ਸਾਹਿਬ ਦੀਆਂ ਕਲੀਅਰ ਨੇ, ਨੰਬਰ 1 ਇਸ ਕ੍ਰਾਈਮ ਨੂੰ ਟਰੇਸ ਕਰੋ ਜਲਦੀ ਤੋਂ ਜਲਦੀ, ਨੰਬਰ 2 ਸਟੇਟ ਦੇ ਵਿੱਚ ਵੱਖ ਵੱਖ ਧਰਮਾਂ ਦੇ ਵਿੱਚ ਸ਼ਾਂਤੀ ਬਰਕਰਾਰ ਰੱਖੀ ਜਾਏ, ਨੰਬਰ 3 ਪੁਲਿਸ ਹੋਰ ਅਲਰਟ ਹੋਵੇ, ਚਾਕ ਚੌਬੰਦ ਹੋਵੇ, ਆਪਣੀ ਨਾਕਾਬੰਦੀ, ਬਾਕੀ ਸਭ ਕੁਛ, ਆਪਣੀ ਟ੍ਰੇਨਿੰਗ ਇਹਨੂੰ ਅੱਛਾ ਕਰੋ। ਚੌਥੀ ਚੀਜ਼, ਕ੍ਰਿਮੀਨਲ ਭਾਵੇਂ ਕਿਸੇ ਜਾਤ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਉਹਦੇ ਵਿੱਚ ਕੋਈ ਪੱਖਪਾਤ ਨਹੀਂ ਕੀਤਾ ਜਾਏਗਾ। ਜਦ ਦੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਪੰਜਾਬੀਆਂ ਦਾ ਦੀ ਕਤਲੋ ਗਾਰਤ ਜਿਹੜੀ ਹੈ ਰੁਕ ਨਹੀਂ ਰਹੀ। ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਨਹੀਂ, ਗੈਂਗਸਟਰ ਰਾਜ ਚੱਲ ਰਿਹਾ। ਔਰ ਮਾਨ ਸਾਹਿਬ ਦਾ ਕਿੱਸਿਆ ਟਵੀਟ ਹਰ ਵਾਰ ਆ ਜਾਂਦਾ ਕਿ ਕਿਸੇ ਵੀ ਕੀਮਤ ਨਾਲ ਅਮਨ ਅਤੇ ਸ਼ਾਂਤੀ ਭੰਗ ਨਹੀਂ ਹੋਣ ਦਿੱਤੀ ਜਾਏਗੀ, ਲੇਕਿਨ ਇਹ ਹੱਤਿਆਵਾਂ ਦਾ ਕ੍ਰਮ ਰੁਕ ਨਹੀਂ ਰਿਹਾ। ਮਾਨੋ ਕੋਈ ਵਿਅਕਤੀ, ਕਿਸੇ ਦੇ ਕੋਈ ਕੇਸ ਚੱਲ ਰਿਹਾ, ਇਹ ਅਦਾਲਤ ਨੇ ਇੱਕ ਤੈਅ ਕਰਨਾ ਕਿ ਕੌਣ ਦੋਸ਼ੀ ਹੈ, ਕੌਣ ਦੋਸ਼ੀ ਨਹੀਂ ਹੈ। ਕਿਸੇ ਵੀ ਵਿਅਕਤੀ ਨੂੰ ਆਪਣੇ ਹੱਥ
ਲੈ ਕੇ ਰਿਵਾਲਵਰ ਜਾਂ ਕਿਸੇ ਦਾ ਕਤਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਔਰ ਇਹ ਬੜੀ ਮਨਭੰਗੀ ਘਟਨਾ ਹੈ ਔਰ ਇਹ ਸਰਕਾਰ ਦਾ ਫੇਲੂਰ ਹੈ।